ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਸਵਾਗਤ ਹੈ ਜੀ ਤੇ ਅੱਜ ਜਿਹੜਾ ਮੈਂ ਤੁਹਾਡੇ ਲਈ ਡਿਜ਼ਾਈਨ ਲੈ ਕੇ ਆਈ ਆ ਬਹੁਤ ਹੀ ਸੋਹਣਾ ਡਿਜ਼ਾਈਨ ਤੇ ਬਹੁਤ ਹੀ ਜ਼ਿਆਦਾ ਜਿਹੜਾ ਬਣਾਈ ਵਿੱਚ ਆਸਾਨ ਹੈ ਬਹੁਤ ਆਸਾਨੀ ਨਾਲ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਸਕੋਗੇ ਕਿਉਂਕਿ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਮੈਂ ਤੁਹਾਡੇ ਲਈ ਜਿਹੜੇ ਸੌਖੇ ਸੌਖੇ ਡਿਜ਼ਾਈਨ ਲੈ ਕੇ ਆਵਾਂ ਤਾਂ ਜੋ ਤੁਸੀਂ ਉਹਨਾਂ ਨੂੰ ਆਸਾਨੀ ਨਾਲ ਜਿਹੜਾ ਬਣਾ ਸਕੋ ਤੇ ਜਿਹੜਾ ਆਪਣਾ ਅੱਜ ਦਾ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਸੌਖਾ ਤੇ ਬਹੁਤ ਹੀ ਆਸਾਨ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਆ ਲੇਡੀਜ਼ ਕਾਰਡੀਗਨ ਜੈਟਾ ਸਵੈਟਰ ਬੱਚਿਆਂ ਦੇ ਕੋਟਾਂ ਸਵੈਟਰ ਗਰਲਸ ਟੌਪ 베ਬੀ ਫਰੌਕਸ ਕੀ ਵੀ ਬਹੁਤ ਹੀ ਸੋਹਣਾ ਡਿਜ਼ਾਈਨ ਉਲਟੇ ਪਾਸੇ ਤੇ ਇਸ ਤਰ੍ਹਾਂ ਦਿਖਾਈ ਦਿੰਦਾ ਸਿਰਫ 4 ਸਲਾਈਆਂ ਦਾ ਡਿਜ਼ਾਈਨ ਆਪਣਾ ਜਦੋਂ ਆਪਾਂ 4 ਸਲਾਈਆਂ ਬਾਰ ਬਾਰ ਰਿਪੀਟ ਕਰਾਂਗੇ ਤਾਂ ਆਪਣਾ ਜਿਹੜਾ ਡਿਜ਼ਾਈਨ ਹੈ ਇਸ ਤਰ੍ਹਾਂ ਬਣਦਾ ਜਾਂਦਾ ਹੈ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਉਲਟੇ ਪਾਸੇ ਤੋਂ ਸ਼ੁਰੂ ਹੁੰਦੀ ਹੈ ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਊਗਾ ਤਾਂ ਡਿਜ਼ਾਈਨ ਦੀ ਪਹਿਲੀ ਸਲਾਈ ਉਲਟੇ ਪਾਸੇ ਤੋਂ ਸ਼ੁਰੂ ਕਰ ਲੈਣੀ ਹੈ ਇੱਥੇ ਮੈਂ ਛੋਟਾ ਜਿਹਾ ਬਾਰਡਰ ਬਣਾ ਕੇ ਉੱਪਰ ਜਿਹੜਾ ਡਿਜ਼ਾਈਨ ਬਣਾਇਆ ਤੇ ਇਹਦੇ ਉੱਪਰ ਹੀ ਮੈਂ ਤੁਹਾਨੂੰ ਇਹ ਡਿਜ਼ਾਈਨ ਦੇਆਂ ਚਾਰ ਸਲਾਂਗਾਂ ਜਿਹੜੀਆਂ ਹੋਰ ਬਣਾ ਕੇ ਦਿਖਾਵਾਂਗੀ ਇਸ ਡਿਜ਼ਾਈਨ ਨੂੰ ਬਣਾਉਣ ਲਈ ਜਦੋਂ ਆਪਾਂ ਕੁੰਡੇ ਲੈਣੇ ਹਨ 11 ਦੇ ਮਲਟੀਪਲ 54 ਕੁੰਡੇ ਵਾਧੂ ਲੈਣੇ ਮੈਂ ਆਪਣੀ ਸਲਾਈ ਤੇ ਇਹ 37 ਗੁੰਡੇ ਲਏ ਆ। ਇਹ 37 ਗੁੰਡਿਆਂ ਦੇ ਮੈਂ ਤੁਹਾਨੂੰ ਡਿਜ਼ਾਈਨ ਜਿਹੜਾ ਬਣਾ ਕੇ ਦਿਖਾਵਾਂਗੀ। ਤੇ ਚਲੋ ਫਿਰ ਸ਼ੁਰੂ ਕਰਦੇ ਆ ਉਲਟ ਪਾਸੇ ਤੋਂ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ। ਪਹਿਲੀ ਸਲਾਈ ਹੈ ਆਪਣੇ ਡਿਜ਼ਾਈਨ ਦੀ। ਇੱਕ ਗੁੰਡਾ ਆਪਾਂ ਧਾਰ ਲੈਣਾ ਕੰਨੀ ਵਾਲਾ ਧਾਰੋ ਚਾਹੇ ਗੁਣੋਏ ਤੁਹਾਡੀ ਆਪਣੀ ਮਰਜ਼ੀ ਹੈ। ਇਸ ਤਰ੍ਹਾਂ। ਬਾਦੂ ਗੁੰਡਾ ਆਪਣਾ ਹੀ। ਹੁਣ ਅੱਗੇ ਆਪਣਾ ਡਿਜ਼ਾਈਨ ਸ਼ੁਰੂ ਹੋਊਗਾ। 11 ਗੁੰਡਿਆਂ ਥ्रेड ਕਰਾਂਗੇ ਪਿੱਛੇ ਉਲਟੇ ਪਾਸੇ ਤੋਂ ਪਹਿਲੀ ਸਲਾਈ ਹੈ ਆਪਣੇ ਡਿਜ਼ਾਈਨ ਦੀ ਤੁਸੀਂ نیچے ਇਸ ਤਰ੍ਹਾਂ ਜਿਹੜਾ ਬਾਰਡਰ ਬਣਾਇਆ ਹੋਊਗਾ ਤਾਂ ਜਿਹੜੀ ਪਹਿਲੀ ਸਲਾਈ ਹੈ ਜਿਵੇਂ ਮੈਂ ਤੁਹਾਨੂੰ ਇੱਥੇ ਪਹਿਲੀ ਸਲਾਈ ਬਣਾ ਕੇ ਦਿਖਾ ਰਹੀ ਹਾਂ ਐਸੇ ਤਰ੍ਹਾਂ ਬਣਾਉਣੀ ਹੈ ਇੱਕ ਕੁੰਡਾ ਤਾਰ ਕੇ ਦੋ ਗੁੰਡੇ ਸਿੱਧੇ ਬਣਾਵਾਂਗੇ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਥ्रेड ਕਰਾਂਗੇ ਅੱਗੇ ਹੁਣ ਆਪਾਂ ਤਿੰਨ ਕੁੰਡੇ ਉਲਟੇ ਬਣਾਵਾਂਗੇ ਇੱਕ 2 10 ਫਿਰ ਅੱਗੇ ਜਿਹੜੇ ਆਪਾਂ 6 ਕੁੰਡੇ ਬਣਾਉਣੇ ਆ ਇਸ ਤਰ੍ਹਾਂ ਕੁੰਡੇ ਵਿੱਚ ਦੀ ਸਲਾਈ ਕੱਢ ਕੇ ਦੋ ਵਾਰ ਫਰੇਡ ਲਪੇਟ ਕੇ ਉਲਟਾ ਕੁੰਡਾ ਬਣਾਇਆ ਇੱਕ ਫਿਰ ਦੂਸਰਾ ਵੀ ਉਸੇ ਤਰ੍ਹਾਂ ਦੋ ਵਾਰ ਫਰੇਡ ਲਪੇਟ ਕੇ ਉਲਟਾ ਤੀਸਰਾ ਕੁੰਡਾ ਵੀ ਉਸੇ ਤਰ੍ਹਾਂ ਦੋ ਵਾਰ ਥ੍ਰੈਡ ਲਪੇਟ ਕੇ ਉਲਟਾ ਚੌਥਾ ਕੁੰਡਾ ਵੀ ਉਸੇ ਤਰ੍ਹਾਂ ਦੋ ਵਾਰ ਥ੍ਰੈਡ ਲਪੇਟ ਕੇ ਉਲਟਾ ਪੰਜਵਾਂ ਕੁੰਡਾ ਵੀ ਉਸੇ ਤਰ੍ਹਾਂ ਦੋ ਵਾਰ ਥ੍ਰੈਡ ਲਪੇਟ ਕੇ ਉਲਟਾ ਛੇਵਾਂ ਕੁੰਡਾ ਵੀ ਉਸੇ ਤਰ੍ਹਾਂ ਦੋ ਵਾਰ ਥ੍ਰੈਡ ਲਪੇਟ ਕੇ ਉਲਟਾ ਹੁਣ ਆਪਣਾ ਇਹ ਕੁੰਡਾ ਛੱਡ ਕੇ 11 ਕੁੰਡੇ ਆਪਣੇ ਕੋਲੇ ਦੋ ਕੁੰਡੇ ਸਿੱਧੇ ਬਣਾਏ ਆਪਾਂ ਤਿੰਨ ਕੁੰਡੇ ਉਲਟੇ ਫਿਰ ਛੇ ਕੁੰਡੇ ਦੋ ਵਾਰ ਥ੍ਰੈਡ ਲਪੇਟ ਕੇ ਬਣਾਈ। ਦੁਬਾਰਾ ਫੇਰ ਉਸੇ ਤਰ੍ਹਾਂ ਸ਼ੁਰੂ ਕਰ ਲੈਣਾ 11 ਕੁੰਡਿਆਂ ਦਾ ਡਿਜ਼ਾਈਨ। ਦੋ ਕੁੰਡੇ ਬਣਾਵਾਂਗੇ ਸਿੱਧੇ 1 2 ਥ੍ਰੈਡ ਕਰਾਂਗੇ ਅੱਗੇ ਤਿੰਨ ਕੁੰਡੇ ਬਣਾਵਾਂਗੇ ਉਲਟੇ 1 2 3 ਫੇਰ 6 ਕੁੰਡੇ ਉਸੇ ਤਰ੍ਹਾਂ ਦੋ ਵਾਰ ਥ੍ਰੈਡ ਲਪੇਟ ਕੇ 1 ਦੂਸਰਾ ਵੀ ਉਸੇ ਤਰ੍ਹਾਂ ਦੋ تن 4 5 6 11 ਕੁੰਡੇ ਹੋ ਗਏ ਦੁਬਾਰਾ ਫੇਰ 11 ਕੁੰਡੇ ਉਸੇ ਤਰ੍ਹਾਂ ਪਹਿਲਾਂ 2 ਕੁੰਡੇ ਬਣਾਵਾਂਗੇ ਸਿੱਧੇ 1 2 ਤਿੰਨ ਕੁੰਡੇ ਬਣਾਵਾਂਗੇ ਉਲਟੇ 1 2 तेन फिर अगे छे कुंडे उस तरह दो बार थ्रेड लपेट के एक दो तीन चार पांच छे ग्यारह कुंडे हो गए लास्ट के अपने दो कुंडे सीधे आ जाने ਇੱਕ ਕੁੰਡਾ ਆਪਣਾ ਆ ਜਾਊਗਾ ਉਲਟਾ ਕੰਨੀ ਵਾਲਾ ਉਲਟੀ ਸਲਾਈ ਹੈ ਉਲਟਾ ਬਣਾ ਲਾਂਗੇ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਉਲਟ ਪਾਸੇ ਤੋਂ ਕੰਪਲੀਟ ਹੋ ਗਈ ਹੁਣ ਆਪਾਂ ਬਣਾਉਣੀ ਹੈ ਦੂਸਰੀ ਸਲਾਈ ਸਿੱਧੇ ਪਾਸੇ ਤੋਂ ਇੱਕ ਕੁੰਡਾ ਇਸ ਤਰ੍ਹਾਂ ਤਾਰ ਕੇ ਥ੍ਰੈਡ ਕਰਾਂਗੇ ਅੱਗੇ ਦੋ ਕੁੰਡੇ ਬਣਾਵਾਂਗੇ ਉਲਟੇ ਇਸ ਤਰ੍ਹਾਂ ਸੱਡ ਕਰਾਂਗੇ ਪਿੱਛੇ ਹੁਣ ਜਿਹੜੇ 6 ਕੁੰਡੇ ਆਪਣੇ ਵਾਲ ਵਾਲੇ ਇਸ ਤਰ੍ਹਾਂ ਖੋਲ ਲੈਣੇ ਆਪਾਂ 1 2 3 4 5 6 ਇਹ ਵਾਲ ਪਾ ਕੇ ਆਪਾਂ ਕੁੰਡੇ ਇਸ ਲਈ ਬਣਾਏ ਕਿਉਂਕਿ ਆਪਣੇ ਕੁੰਡੇ ਜਿਹੜੇ ਇਸ ਤਰ੍ਹਾਂ ਲੂਜ਼ ਹੋ ਜਾਂਦੇ ਤੇ ਹੁਣ ਜਿਹੜੇ ਆਪਣੇ ਪਿਛਲੇ 3 ਗੁੰਡੇ ਜਿਹੜੇ ਆਪਾਂ ਪਹਿਲਾਂ ਤਿੰਨ ਕੁੰਡੇ ਇੱਧਰ ਬਣਾਏ ਇਹ ਕੁੰਡੇ ਆਪਾਂ ਇਹ ਤਿੰਨ ਕੁੰਡਿਆਂ ਦੇ ਉੱਪਰ ਦੀ ਕਰਾਸ ਕਰਨੀ ਐ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਹੁਣ ਵਾਪਸ ਫੇਰ ਐਸੇ ਸਲਾਈ ਤੇ ਕਰ ਲੈਣੀ ਆਪਾਂ ਇਹ ਪਹਿਲਾਂ ਆਪਾਂ ਇਹ ਤਿੰਨ ਕੁੰਡੇ ਸਿੱਧੇ ਬਣਾ ਲਾਂਗੇ ਇਸ ਤਰ੍ਹਾਂ ਇੱਕ ਦੋ ਤੈਨ ਫਿਰ ਆਪਾਂ ਇਹ ਤਿੰਨ ਕੁੰਡੇ ਸਿੱਧੇ ਬਣਾ ਲਾਂਗੇ 1 2 3 ਇਸ ਤਰ੍ਹਾਂ 6 ਕੁੰਡੇ ਆਪਣੇ ਸਿੱਧੇ ਬਣ ਗਏ ਹੁਣ ਆਪਾਂ ਇਹ ਤਿੰਨ ਕੁੰਡੇ ਸਿੱਧੇ ਬਣਾ ਲਾਂਗੇ 1 2 3 11 ਕੁੰਡੇ ਹੋ ਗਏ ਆਪਣੇ 11 ਕੁੰਡਿਆਂ ਦਾ ਡਿਜ਼ਾਈਨ ਹੈ ਦੋ ਕੁੰਡੇ ਉਲਟੇ ਬਣਾਏ ਆਪਾਂ 11 ਕੁੰਡਿਆਂ ਵਿੱਚੋਂ 6 ਕੁੰਡੇ ਇਸ ਤਰ੍ਹਾਂ ਕਰਾਸ ਕਰਕੇ ਬਣਾਏ ਤਿੰਨ ਕੁੰਡੇ ਫੇਰ ਸਿੱਧੇ ਬਣਾਏ। ਦੁਬਾਰਾ ਫੇਰ ਉਸੇ ਤਰ੍ਹਾਂ ਦੋ ਕੁੰਡੇ ਬਣਾਵਾਂਗੇ ਉਲਟੇ 1 2 ਫ੍ਰੈਡ ਕਰਾਂਗੇ ਪਿੱਛੇ 6 ਕੁੰਡੇ ਖੋਲਾਂਗੇ ਆਪਾਂ ਇਹ ਵਾਲ ਵਾਲੇ। 1 2 10 4 5 6 ਫੇਰ ਉਸੇ ਤਰ੍ਹਾਂ ਜਿਹੜੇ ਆਪਣੇ ਪਹਿਲੇ ਤਿੰਨ ਕੁੰਡੇ ਐ ਇਹ ਤਿੰਨ ਕੁੰਡਿਆਂ ਦੇ ਉੱਪਰ ਦੀ ਕਰਾਸ ਕਰਨੀ। ਇਸ ਤਰ੍ਹਾਂ ਕਰਕੇ ਇਹ ਕੁੰਡਿਆਂ ਦੇ ਉੱਪਰ ਦੀ ਕਰਾਸ ਕਰ ਲੈਣੀ ਹੈ ਇਸ ਤਰ੍ਹਾਂ ਵਾਪਸ ਫੇਰ ਉਸੇ ਸਲਾਈ ਤੇ ਕਰ ਲੈਣੀ ਫਿਰ ਪਹਿਲਾਂ ਆਪਏ ਤਿੰਨ ਕੁੰਡੇ ਸਿੱਧੇ ਬਣਾ ਲੈਣੇ ਇੱਕ ਦੋ ਤਿੰਨ ਫੇਰ ਇਹ ਤਿੰਨ ਕੁੰਡੇ ਸਿੱਧੇ ਬਣਾ ਲੈਣੇ ਇੱਕ ਦੋ ਤਿੰਨ ਦੋ ਕੁੰਡੇ ਉਲਟੇ ਹੋਗੇ 6 ਕੁੰਡੇ ਸਤਰ ਹੋਗੇ 8 ਕੁੰਡੇ ਹੋਗੇ 3 ਕੁੰਡੇ ਆਪਾਂ ਫੇਰ ਸਿੱਧੇ ਬਣਾ ਲੈਣੇ 11 ਕੁੰਡੇ ਹੋਗੇ ਆਪਣੇ 3 ਦੁਬਾਰਾ ਫੇਰ ਉਸੇ ਤਰ੍ਹਾਂ ਥ्रेड ਕਰਾਂਗੇ ਅੱਗੇ 2 ਕੁੰਡੇ ਬਣਾਵਾਂਗੇ ਉਲਟੇ ਥ्रेड ਕਰਾਂਗੇ ਪਿੱਛੇ 6 ਕੁੰਡੇ ਖੋਲਾਂਗੇ 1 2 3 4 5 6 उस तरह ये तीन कुंडे आप तीन कुंडिया के उपर जी करॉस करा इस तरह इस तरह फिर आप तीन कुंडे ये तीन यही सीधे बुनाई कर देने पेल्ला आप तीन कुंडे बुनाई कर लेने एक दो तीन फिर ये तीन कुंडे एक दो ਤੈਨ ਹੁਣ ਆਪਾਂ ਇਹ ਤਿੰਨ ਕੁੰਡੇ ਸਿੱਧੇ ਬਣਾ ਲੈਣੇ 1 2 3 ਇਸ ਤਰ੍ਹਾਂ ਲਾਸਟ ਵਾਲੇ ਆਪਣੇ ਇਸ ਤਰ੍ਹਾਂ ਦੋ ਕੁੰਡੇ ਉਲਟੇ ਆ ਗਏ ਸਿੱਧੀ ਸਲਾਈ ਹੈ ਕੰਨੀ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਦੋ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਤੀਸਰੀ ਸਲਾਈ ਬਣਾਉਣੀ ਹੈ ਉਲਟ ਪਾਸੇ ਤੋਂ ਤੀसरी ਸਲਾਈ ਇੱਕ ਕੁੰਡਾ ਤਾਰਿਆ ਤਾਰੂ ਚਾਹੀਏ ਬੁਨੋ ਹੁਣ ਥ੍ਰੈਡ ਕਰਾਂਗੇ ਪਿੱਛੇ 11 ਕੁੰਡਿਆਂ ਵਾਲਾ ਡਿਜ਼ਾਈਨ ਆਪਾਂ ਸ਼ੁਰੂ ਕਰਨਾ ਹੈ ਦੋ ਕੁੰਡੇ ਬਣਾਵਾਂਗੇ ਸਿੱਧੇ ਹੁਣ ਆਪਾਂ ਇਹ ਛੇ ਕੁੰਡੇ ਵਲ ਪਾ ਕੇ ਬਣਾਉਣੇ ਹਨ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਪਹਿਲਾਂ ਬਣਾਇਆ ਇਸ ਤਰ੍ਹਾਂ ਵਲ ਪਾ ਕੇ ਇੱਕ ਫਿਰ ਦੂਸਰਾ ਫਿਰ ਤੀਸਰਾ ਕੁੰਡਾ ਵੀ ਉਸੇ ਤਰ੍ਹਾਂ ਫਿਰ ਚੌਥਾ ਕੁੰਡਾ ਫਿਰ ਪੰਜਵਾਂ ਕੁੰਡਾ ਉਸੇ ਤਰ੍ਹਾਂ ਫਿਰ ਛੇਵਾਂ ਕੁੰਡਾ ਵੀ ਉਸੇ ਤਰ੍ਹਾਂ ਬਣਾਵਾਂਗੇ ਤਿੰਨ ਕੁੰਡੇ ਫਿਰ ਆਪਾਂ ਉਲਟੇ ਬਣਾ ਦੇਾਂਗੇ 1 2 3 11 ਕੁੰਡੇ ਹੋ ਗਏ ਇਹ ਬਾਦੂ ਕੁੰਡਾ ਛੱਡ ਕੇ ਦੋ ਕੁੰਡੇ ਸਿੱਧੇ ਬਣਾਏ 6 ਵਾਲ ਪਾ ਕੇ ਬਣਾਏ ਤਿੰਨ ਉਲਟੇ ਦੁਬਾਰਾ ਫੇਰ ਉਸੇ ਤਰ੍ਹਾਂ 11 ਕੁੰਡਿਆਂ ਵਿੱਚੋਂ ਦੋ ਕੁੰਡੇ ਬਣਾ ਲਾਂਗੇ ਸਿੱਧੇ ਥ੍ਰੈਡ ਕਰਾਂਗੇ ਅੱਗੇ ਫਿਰ 6 ਕੁੰਡੇ ਵਾਲ ਪਾ ਕੇ ਬਣਾਵਾਂਗੇ ਇਸ ਤਰ੍ਹਾਂ ਦੋ ਵਾਰ ਵਾਲ ਪਾ ਕੇ ਇੱਕ ਦੋ ਤਿੰਨ ਚਾਰ ਪੰਜ ਇਸ ਤਰ੍ਹਾਂ ਫਿਰ 10 ਕੁੰਡੇ ਆ ਗਏ ਆਪਣੀ ਉਲਟੇ 1 2 10 11 ਕੁੰਡੇ ਹੋ ਗਏ ਥ्रेड ਕਰਾਂਗੇ ਪਿੱਛੇ ਦੋ ਕੁੰਡੇ ਆਪਾਂ ਫਿਰ ਦੁਬਾਰਾ ਉਸੇ ਤਰ੍ਹਾਂ ਡਿਜ਼ਾਈਨ ਸ਼ੁਰੂ ਹੋ ਗਿਆ ਦੋ ਕੁੰਡੇ ਬਣਾਵਾਂਗੇ ਸਿੱਧੇ 6 ਕੁੰਡੇ ਉਲਟੇ ਉਸੇ ਤਰ੍ਹਾਂ ਦੋ ਵਾਰ ਵਲ ਪਾ ਕੇ 1 2 10 4 5 6 7 10 ਕੁੰਡੇ ਬਣਾਵਾਂਗੇ ਉਲਟੇ 1 2 3 11 ਕੁੰਡੇ ਹੋਗੇ ਥ्रेड ਕਰਾਂਗੇ ਪਿੱਛੇ ਲਾਸਟ ਵਾਲੇ ਦੋ ਕੁੰਡੇ ਸਿੱਧੇ ਆਗੇ ਇੱਕ ਕੁੰਡਾ ਉਲਟਾ ਆ ਗਿਆ ਕੰਨੀ ਆ ਲੱਗ ਕਿ ਆਪਣੀ ਉਲਟੀ ਸਲਾਈ ਹੈ ਉਲਟਾ ਬਣਾ ਲਾਂਗੇ ਤਿੰਨ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ। ਹੁਣ ਆਪਾਂ ਚੌਥੀ ਸਲਾਈ ਬਣਾਉਣੀ ਹੈ ਚੌਥੀ ਤੇ ਲਾਸਟ ਸਲਾਈ ਹੈ ਆਪਣੇ ਡਿਜ਼ਾਈਨ ਦੀ। ਇੱਕ ਕੁੰਡਾ ਤਾਰਿਆ, ਫ੍ਰੈਡ ਕੀਤਾ ਅੱਗੇ। ਹੁਣ ਆਪਣੇ ਅੱਗੇ 11 ਕੁੰਡਿਆਂ ਵਾਲਾ ਡਿਜ਼ਾਈਨ। ਦੋ ਕੁੰਡੇ ਵਿੱਚ ਪਹਿਲਾਂ ਆਪਾਂ ਉਲਟੇ ਬਣਾਵਾਂਗੇ ਇਸ ਤਰ੍ਹਾਂ। ਫ੍ਰੈਡ ਕਰਾਂਗੇ ਪਿੱਛੇ। ਤਿੰਨ ਕੁੰਡੇ ਬਣਾਵਾਂਗੇ ਸਿੱਧੇ। 1 2 3 ਫਿਰ 6 ਕੁੰਡੇ ਆਪਾਂ ਖੋਲ ਲੈਣੇ ਆ ਇਸ ਤਰ੍ਹਾਂ 1 2 3 4 5 6 ਵਾਪਸ ਫਿਰ ਇਧਰ ਸਲਾਈ ਤੇ ਕਰ ਲੈਣੀ ਆ ਆ ਹੁਣ ਜਿਹੜੇ ਆਪਣੇ ਇਹ ਤਿੰਨ ਕੁੰਡੇ ਆ ਇਹ ਤਿੰਨ ਕੁੰਡਿਆਂ ਦੇ ਉੱਪਰ ਦੀ ਕਰਾਸ ਕਰਨੀ ਆ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਾਸ ਕਰ ਲੈਣੀ ਵਾਪਸ ਫਿਰ ਇਧਰ ਸਲਾਈ ਤੇ ਕਰ ਲੈਣੀ

ਵਾਪਸ ਫੇਰ ਇਧਰ ਸਲਾਈ ਤੇ ਕਰ ਲੈਣੀ ਹੈ ਪਿਛਲੇ ਤਿੰਨ ਕੁੰਡੇ ਆਪਾਂ ਇਹ ਤਿੰਨ ਕੁੰਡਿਆਂ ਦੇ ਉੱਪਰ ਦੀ ਕਰਾਸ ਕਰ ਲੈਣੀ ਹੈ ਉਸੇ ਤਰ੍ਹਾਂ ਇਸ ਤਰ੍ਹਾਂ ਕਰਕੇ ਫਿਰ ਵਾਪਸ ਉਸੇ ਸਲਾਈ ਤੇ ਕਰਕੇ ਆਪਾਂ ਇਸ ਤਰ੍ਹਾਂ ਇਸ ਲਾਈਨ ਦੇ ਕਰਕੇ ਪਹਿਲਾ ਪਏ ਤਿੰਨ ਕੁੰਡੇ ਬਣਾਵਾਂਗੇ ਸਿੱਧੇ ਇੱਕ ਦੋ ਤਿੰਨ ਫਿਰ ਆਪਾਂ ਇਹ ਤਿੰਨ ਕੁੰਡੇ ਬਣਾਵਾਂਗੇ ਸਿੱਧੇ ਇੱਕ दो तीन इस तरह ग्यारह कुंडी होगी दोबारा फिर आप तरह दोडे बनावें उल्टे तीन कुंडे बनावेंगे सीधे एक दो तीन अगे छे कुंडे खोलेंगे एक दो तीन चार पाँच छे वापस फिर इधर सिलाई तो करके ਇਹ ਤਿੰਨ ਕੁੰਡੇ ਇਹ ਤਿੰਨ ਕੁੰਡਾਂ ਦੇ ਉੱਪਰ ਦੀ ਆਪਾਂ ਕਰਾਂਗੇ ਕ੍ਰੋਸ ਇਸ ਤਰ੍ਹਾਂ ਵਾਪਸ ਫੇਰ ਇੱਧਰ ਸਲਾਈ ਤੇ ਕਰ ਲਾਂਗੇ ਇਸ ਤਰ੍ਹਾਂ ਪਹਿਲਾਂ ਆਪਏ ਤਿੰਨ ਕੁੰਡੇ ਬਣਾਵਾਂਗੇ ਸਿੱਧੇ 1 2 ਫਿਰ ਆਪਣਾ ਤੀਸਰਾ ਕੁੰਡਾ 10 ਫਿਰ ਇਹ ਤਿੰਨ ਕੁੰਡੇ ਇੱਕ ਦੋ ਤਿੰਨ ਲਾਸਟ ਤੇ ਆਪਾਂ ਉਸੇ ਤਰ੍ਹਾਂ ਦੋ ਕੁੰਡੇ ਉਲਟੇ ਬਣਾਏ ਸਿੱਧੀ ਸਲਾਈ ਹੈ ਕੰਨੀ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਤਾਂ ਇਸ ਤਰ੍ਹਾਂ ਆਪਣੀਆਂ ਚਾਰ ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਜਦੋਂ ਆਪਾਂ ਇਹ ਚਾਰ ਸਲਾਈਆਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਜਿਹੜਾ ਆਪਣਾ ਡਿਜ਼ਾਈਨ ਹੈ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਕਿਸੇ ਵੀ ਪ੍ਰੋਜੈਕਟ 'ਤੇ ਤੁਸੀਂ ਇਸ ਨੂੰ ਪਾ ਸਕਦੇ ਆ ਡਿਜ਼ਾਈਨ ਦੀ ਪਹਿਲੀ ਸਲਾਈ ਫੇਰ ਉਸੇ ਤਰ੍ਹਾਂ ਉਲਟ ਪਾਸੇ ਤੋਂ ਸ਼ੁਰੂ ਕਰਨੀ ਹੈ ਆਪਾਂ ਇੱਕ ਕੁੰਡਾ ਤਾਰ ਕੇ ਦੋ ਕੁੰਡੇ ਸਿੱਧੇ ਜਿਵੇਂ ਆਪਾਂ ਪਹਿਲੀ ਸਲਾਈ ਡਿਜ਼ਾਈਨ ਦੀ ਸ਼ੁਰੂ ਕੀਤੀ ਸੀ ਇੱਕ ਕੁੰਡਾ ਤਾਰਿਆ ਦੋ ਸਿੱਧੇ ਤਿੰਨ ਉਲਟੇ ਛੇ ਕੁੰਡੇ ਉਸੇ ਤਰ੍ਹਾਂ ਵਲਪਾ ਤਾਂ ਚਾਰ ਸਲਾਂਗਾਂ ਆਪਾਂ ਡਿਜ਼ਾਈਨ ਦੀਆਂ ਬਣਾਉਂਦੇ ਜਾਣਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਾਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਜੋ ਹੋਰ ਵੀ ਸੋਹਣੇ-ਸੋਹਣੇ ਡਿਜ਼ਾਈਨ ਆ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰ ਸਕਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ